ਸਾਲੇ ਐਸੋਸੀਏਸ਼ਨ ਬਣਾਈ ਫਿਰਦੇ ਨੇ ਆ ਚੀਮੇ ਉਹਨਾਂ ਨੇ ਐਸੋਸੀਏਸ਼ਨ ਬਣਾ ਲਈ ਵਿੱਚ ਸ਼ਿਵਿੰਦਰ ਮਾਲ ਨੂੰ ਉਦੋਂ ਕਿਹਾ ਮੈਂ ਕਿਹਾ ਉਹਦਾ ਕੁਝ ਕਰ ਲਓ ਹਾਂ ਹਾਂ ਭਾਜੀ ਜ਼ਰੂਰ ਕਰਾਂਗੇ ਉਹ ਵਿਚਾਰਾ ਉੱਥੇ ਰੁਲਦਾ ਪਿਆ ਤੇ ਜਿੱਦਣ ਉਹ ਮਰ ਗਿਆ ਉਦੋਂ ਕਹਿੰਦਾ ਲਓ ਜੀ 365 ਫਿਲਮਾਂ ਦਾ ਮਾਲਕ ਚਲਾ ਗਿਆ ਜੀ ਬੜਾ ਦੁੱਖ ਹੋਇਆ ਇਹ ਸਾਰੀ ਡਰਾਮੇ ਬਾਜੀ ਕਦ ਤੱਕ ਚੱਲਣੀ ਹੈ ਜੇ ਜ਼ਿੰਦਗੀ ਤੁਹਾਨੂੰ ਕਿਸੇ ਨਾਲ ਪਿਆਰ ਹੈ ਤੁਸੀਂ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਆਪਣੀ ਹਿੱਕ ਨਾਲ ਲਾਓਗੇ ਤੁਹਾਡਾ ਮਾਂ ਪਿਓ ਮਰ ਰਿਹਾ ਹੈ ਤੁਹਾਡੇ ਸੀਨੀਅਰਸ ਮਰ ਰਹੇ ਨੇ ਤੁਹਾਨੂੰ ਕੋਈ ਪਰਵਾਹ ਨਹੀਂ ਲੇਕਿਨ ਜਿੱਦੋਂ ਉਹ ਮਰ ਜਾਂਦੇ ਨੇ ਉਦੋਂ ਤੁਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਤੇ ਐਮਐਚ1 ਵਾਲਿਆਂ ਨੇ ਕਹਿੰਦੀ ਮੇਰਾ ਆਪਣਾ ਫੋਨੋਂ ਕੱਟਦਾ ਮੈਂ ਚੱਲ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਸੱਚ ਕਹਿੰਦਾ ਮੈਂ ਪੁੱਛਣਾ ਚਾਹੁੰਦਾ ਐਸੋਸੀਏਸ਼ਨ ਕਾਹਦੇ ਵਾਸਤੇ ਬਣਾਈਆਂ ਪੈਸੇ ਇਕੱਠੇ ਕਰਨ ਵਾਸਤੇ ਆਪਦੇ ਸਿਵੇ ਆਪ ਤਿਆਰ ਕਰ ਲਓ ਕਿਉਂਕਿ ਤੁਹਾਨੂੰ ਵੀ ਕਿਸੇ ਨੇ ਚੱਕ ਕੇ ਕਿਤੇ ਸਿਵਿਆਂ 'ਚ ਲੈ ਕੇ ਨਹੀਂ ਜਾਣਾ ਬੁੱਢੇ ਸਾਹਮਣੇ ਹੋ ਜਾਣਾ ਲੇਕਿਨ ਇੱਥੇ ਕੋਈ ਕਿਸੇ ਨਾਲ ਪਿਆਰ ਨਹੀਂ ਕਰਦਾ ਦੁੱਖ ਤੈਨੂੰ ਇਸ ਗੱਲ ਦਾ ਜਾਂ ਤਾਂ ਤੁਸੀਂ ਦੁੱਖ ਪ੍ਰਗਟ ਕਰੋ ਨਾ ਹਾਂਜੀ ਮਿੱਤਲ ਸਾਹਿਬ ਚਲੇ ਗਏ ਕੱਲ ਨੂੰ ਸਤੀਸ਼ ਕੌਲ ਮਰ ਜੂਗਾ ਕੱਲ ਨੂੰ ਕੋਈ ਹੋਰ ਚਲਾ ਜਾਊਗਾ ਉਹ ਠੀਕ ਹੈ ਜੀ ਚਲਾ ਗਿਆ ਜੀ ਬੰਦਾ ਬਹੁਤ ਵਧੀਆ ਗੱਲ ਹੈ ਵੀ ਅਸੀਂ ਉਹਨੂੰ ਪੁੱਛਿਆ ਨਹੀਂ ਕੋਈ ਬੰਦਾ ਇਹ ਗੱਲ ਨਹੀਂ ਕਹਿੰਦਾ ਕਿ ਜੀ ਅਸੀਂ ਤਾਂ ਜਿਉਂਦੇ ਜੀ ਉਹਦੀ ਉਹਨੂੰ ਪੁੱਛ ਨਹੀਂ ਕੀਤੀ ਸਾਡੀ ਗਲਤੀ ਹੈ ਅਸੀਂ ਮਾਫੀ ਮੰਗਣਾ ਚਾਹੁੰਦੇ ਨਹੀਂ ਪਰ ਅੱਜ ਸਾਰੇ ਦੁੱਖ ਪ੍ਰਗਟ ਕਰ ਰਹੇ ਸਾਰੇ ਘਰੇ ਬੜੇ ਵਧੀਆ ਬੰਦੇ ਸੀ ਬੜੇ ਕਮਾਲ ਦੇ ਬੰਦੇ ਸੀ ਉਹ ਜਿਉਂਦੇ ਜੀ ਤੁਸੀਂ ਆਪਣੇ ਸੀਨੀਅਰ ਐਕਟਰ ਜਿਹੜੇ ਬੁੱਢੇ ਸਭ ਨੇ ਹੋਣਾ ਹੈ ਮੈਂ ਵੀ ਹੋਣਾ ਸਭ ਨੇ ਹੋਣਾ ਐਟਲੀਸਟ ਜਦ ਜਿਉਂਦੇ ਹੋ ਤੁਸੀਂ ਤਦ ਤਾਂ ਇੱਕ ਦੂਜੇ ਦੇ ਨਾਲ ਤੁਸੀਂ ਤੁਰ ਕੇ ਚੱਲੋ ਅੱਜ ਮਿੱਤਲ ਸਾਹਿਬ ਚਲੇ ਗਏ ਕੱਲ੍ਹ ਨੂੰ ਕੋਈ ਹੋਰ ਚਲਾ ਜਾਊਗਾ ਬੜਾ ਦੁੱਖ ਹੋਇਆ ਅਤੇ ਮੈਨੂੰ ਦੱਸੋ ਵੀ ਤੁਸੀਂ ਕੀਤਾ ਕੀ ਸੋ ਮੈਂ ਸਮਝਦਾ ਜਾਂ ਤਾਂ ਤੁਸੀਂ ਪ੍ਰੇਮ ਆ ਜਿਹੜਾ ਢੋਂਗ ਹੈ ਨਾ ਬੰਦ ਕਰ ਦਿਓ ਇਹ ਸਭ ਢੋਂਗ ਹੈ ਇਹ ਉਹ ਹਾਲ ਹੈ ਕਿ ਪੁਰਾਣੇ ਜ਼ਮਾਨੇ 'ਚ ਕੋਈ ਬੁੜਾ ਮਰ ਗਿਆ ਜਾਂ ਕੋਈ ਬੰਦਾ ਮਰ ਗਿਆ ਅਤੇ ਜਿਹੜੀਆਂ ਸਾਰੀਆਂ ਬੁੱਢੀਆਂ ਸੀ ਨਾ ਉਹ ਇਕੱਠੀਆਂ ਹੋ ਕੇ ਪਿੰਡ ਦੀਆਂ ਹਾਏ ਹਾਏ ਵੈ ਵੈ ਮਰ ਗਿਆ ਵੇ ਲੁੱਟ ਗਿਆ ਵੇ ਸਾਲੇ ਦੇ ਅੱਖਾਂ 'ਚੋਂ ਹੰਝੂਰੀ 'ਚ ਨਿਕਲਦਾ ਸਭ ਬਕਵਾਸ ਮੈਂ ਆਪਣੇ ਘਰ 'ਚ ਬੰਦ ਕਰਦਾ ਕੰਮ ਸੋ ਮੈਂ ਸਮਝਦਾ ਇਹ ਸਭ ਢੋਂਗ ਹੈ ਝੂਠ ਹੈ ਉਹ ਜਿਉਂਦੇ ਜੀ ਤੁਸੀਂ ਕਿਸੇ ਨੂੰ ਪੁੱਛਦੇ ਨਹੀਂ ਮਰ ਕੇ ਤਾਂ ਅੱਜ ਬੜਾ ਹੰਝੂ ਬਹਾ ਰਿਹਾ ਮੈਂ ਸ਼ਰਤ ਲਾ ਕੇ ਕਹਿੰਦਾ ਵੀ 99% ਬੰਦੇ ਇੰਡਸਟਰੀ 'ਚ ਬੜੇ ਖੁਸ਼ ਹੋਣਗੇ ਔਰ ਚੰਗਾ ਬਾਬਾ ਜਾਂਦਾ ਰਿਹਾ ਇੱਥੇ ਕੋਈ ਉਹ ਤਾਂ ਵੇਟ ਕਰਦੇ ਨੇ ਇੰਡਸਟਰੀ ਇਹੋ ਜਿਹੀ ਹੈ ਜੇ ਵੀ ਛੇਤੀ ਯੋਗਰਾਜ ਸਿੰਘ ਦਾ ਆਪਰੇਸ਼ਨ ਹੋਇਆ ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਜਿਉਂਦਾ ਕਿ ਮਰ ਗਿਆ ਉਹ ਕਹਿੰਦੇ ਸਾਡਾ ਮਰਿਆ ਮਰ ਗਿਆ ਜੋ ਮਰਿਆ ਕਿ ਨਹੀਂ ਮਰਿਆ ਵੀ ਅਫਸੋਸ ਇੱਥੇ ਥੁੱਕ ਲਾਈ ਫਿਰਦੇ ਅੱਖਾਂ ਨੂੰ ਵੀ ਬੈਜੋ ਮਿੰਟੋ ਮਿੰਟੀ ਰੋਈ ਹਾਏ ਜੀ ਯੋਗਰਾਜ ਸਿੰਘ ਚਲਾ ਸੋ ਆਹ ਸਾਡਾ ਹਾਲ ਹੈ ਔਰ ਸਾਨੂੰ ਜ਼ਿੰਦਗੀ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਆਪਣੇ ਆਪ ਨੂੰ ਆਪਣੇ ਆਪਣੇ ਗਰੇਬਾਂ ਨਾਲ ਝਾਕੋ ਸਾਰੇ ਫਿਰ ਇਹ ਗੱਲ ਦਾ ਜ਼ਾਹਿਰ ਕਰਿਓ ਨਹੀਂ ਤਾਂ ਇਹੋ ਜਿਹੇ ਮਰਿਆ ਤਾਂ ਹੰਝੂ ਨਹੀਂ ਬਾਜਦੇ ਕਿਉਂਕਿ ਝੂਠ ਹੈ ਅਤੇ ਝੂਠ ਦੇ ਕੋਈ ਪੈਰ ਨਹੀਂ ਹੋਏ।